آیا انہوں نے قبروں تے قائم و دائم فرما، عزادار اور عزاداری دی حفاظت فرما، شیعت دی حفاظت فرما، جو مومن مقروض ہیں غیب تو قرض ادا فرما، جو بے گھر ہیں گھر عطا فرما، جو بے روزگار ہیں برسر روزگار بنا، جو پردیس چن محافظت فرما، جو مسافر ہیں سفر آسان فرما، اگر کوئی مریض ہے یا کسی دا مریض ہے مالک بیمار کربلا دے جنازے دست کا شفائے کلی عاجل عطا فرما، حویلی شیر سلطان مالک سکھ صحت علی زندگی عطا فرما، بابے محمد علی دے بیٹے نو مالک شفائے کلی عاجل عطا فرما، جتنے مومن مومنات تکلیف نالن مالک شفا عطا فرما، ہر شریف دی عزت محفوظ فرما، ہر عزادار دی بیٹی دے نیک نصیب بنا، سارے ملک پاکستان دی حفاظت فرما، پردے والے وارث قائم دا جلد ظہور فرما، اللہم صلی علی محمد و آل محمد، دعاواں دی قبولیت اور مجلس دی قبولیت واسطے باواز بلند صلوات پڑھو، ماشاء اللہ لا حول ولا قوۃ الا باللہ العلی العظیم، اعوذ باللہ من الشیطان الرجیم، بسم اللہ الرحمن الرحیم، صلوات الحمد للہ الذی نور قلوبنا بمصائب الحسین، صلوات والصلاة والسلام علی من کان نبیا و آدم بین الماء والتین، صلوات سید الربع والعجم مکی المدنی، قیل فی شانہ و ما ارسلناک الا رحمت للعالمین، صلوات صاحب تاج والمعراج والبراق والعلم، اسمه منفرا مقدس مرفوعا منقوش في اللوح والقلم احمد المصطفى، صلوات وعلى وزيره وخليفته وابن امه علي ابن ابي طالب امير المؤمنين، صلوات زينة المسجد والمنبر فات الهدى والبدر والهنى وبیر العلم ابی الحسن والحسین سید الاولیاء امام الہدا امیر المومنین، صلوات وعلی سیدت الجلیلت المخدومت پوچھیا معصومہ دادی فضا، تے ودا کیویں سجاد نبھیندا ہے، رات رک گئی اس اکھیاں چوں یا رت دے نیر وہ، بے حال سنا میرے باقر دا، تے ودا کیویں جھٹ گزرے لے میں سنیا ہے
ਮਸਲਹ ਪਈਏ ਅਕਬਰ ਦੀਆਂ ਸ਼ਕਲਾਂ ਜਨਾਜ਼ਾ ਰਤ ਰੋਵਣ ਵਾਲੇ ਇਮਾਮ ਦਾ ਮੈਂ ਬਰਾਮਣ ਕਰਾਵਣ ਵਹਿਣ ਮੈਂ ਸਹਿਣ ਫਿਜ਼ਾ ਦਾ ਕੀਤਾ ਇਸ ਤੋਂ ਕੀਤਾ ਜੋ ਅੱਜ ਸੈਦਾਂ ਦੇ ਘਰ ਦੇ ਦੋ ਜਨਾਜ਼ੇ ਉਮਤੀ ਗੈਰ ਸੈਦ ਮੈਂ ਵੀ ਗੈਰ ਸੈਦ ਹਾਂ ਸਾਡੀ ਸੈਣ ਹੈ ਸੈਦਾਂ ਦੀ ਦਾਈ ਹੈ ਮਦੀਨੇ ਵਾਲਿਆਂ ਦੀ ਜਿੰਦਿਆਂ ਨਾਲ ਚਾਚਾ ਹਰ ਕੋਈ ਵਫਾ ਕਰਿੰਦਾ ਇਹ 35 ਸਾਲ ਆਲੀਆ ਅਤੇ ਮਾਸੂਮਾਂ ਦੀ ਕਬਰ ਦੀ ਮੁਜਾਵਰੀ ਮੈਂ ਇੰਤਜ਼ਾਰ ਆਈ ਮਾਤਮੀਆਂ ਦਾ ਉਹ ਵੀ ਆ ਗਏ ਜਨਾਜ਼ਿਆਂ 'ਤੇ ਇੰਤਜ਼ਾਰ ਹੁੰਦੀ ਹੈ ਜ਼ਖਮੀ ਜਨਾਜ਼ਿਆਂ 'ਤੇ ਜ਼ਿਆਦਾ ਇੰਤਜ਼ਾਰ ਰਤ ਰੋਵਣ ਵਾਲੇ ਇਮਾਮ ਦਾ ਜਨਾਜ਼ਾ ਬਿਮਾਰ ਏ ਕਰਬਲਾ ਦਾ ਜਨਾਜ਼ਾ ਇਹ ਉਹ ਲਕਬ ਹਨ ਜਿਹੜੇ ਉਮਤ ਦਿੱਤੇ ਜਿਹੜੇ ਅੱਲਾ ਦਿੱਤੇ ਗੈਰਤੁੱਲਾ ਜ਼ੈਨੁਲ ਆਬਦੀਨ ਸੈਦ ਉਸ ਸਾਜਦੀਨ ਗੈਰਤ ਅੱਲਾ ਦੀ ਗੈਰਤ ਦਾ ਦੂਜਾ ਨਾਂ ਸਜਾਦ ਬਾਬਾ ਜੀ 4 ਸਾਲ ਦਾ ਆਈ ਤੇ ਵੱਖਰਾ ਘਰ ਮੰਗਿਆ ਸੀ ਇਮਾਮ ਸੱਜਾਦ ਮਾਂ ਵਜ਼ੂ ਕਰਕੇ ਮੱਸੇ ਵਾਸਤੇ ਸਰ ਤੋਂ ਚਾਦਰ ਹਟਾਈ ਉਹਨਾਂ ਪੈਰਾਂ ਤੇ ਮੁੜਿਆ 3 ਦਿਨ ਵਿਹੜੇ 'ਚ ਨਹੀਂ ਆਏ ਇਮਾਮ ਹੁਸੈਨ ਪੁੱਛਿਆ ਅਕਬਰ ਦੀ ਮਾਂ 3 ਦਿਨ ਹੈ ਮੈਂ ਕੋਈ ਤੇਰੇ ਵਿਹੜੇ 'ਚ ਸੱਜਾਦ ਨਜ਼ਰ ਨਹੀਂ ਆਇਆ ਬੀਬੀ ਆਦੀ ਵਜ਼ੂ ਪਈ ਕਰਿੰਦੀਆਂ ਮਾਂ ਦਾ ਤਾਂ ਡਿੱਠਾ ਉਹਨਾਂ ਪੈਰਾਂ 'ਤੇ ਮੁੜਿਆ ਮਹਿਸੂਸ ਮੈਂ ਵੀ ਕੀਤਾ ਆਵੇਂ ਤਾਂ ਮਸਜਿਦ ਦੇ ਸੁੱਟਾ ਹੋਏ ਔਲਾਦ ਵਾਲੇ ਸ਼ਬੀਰ ਚਾਹੇ ਹਾਂ ਨਾ ਲਾਏ ਰੁਖਸਾਰ ਚੁੰਮ ਕੇ ਪੈ ਦੇਣ ਉਸ ਮਾਂ ਨਾਲ ਹੀ ਕੋਈ ਨਾਰਾਜ਼ ਆਉਂਦਾ ਜਾਂਦਾ ਅਕਬਰ ਦਿਆ ਪੁੱਤਰ ਹੋ ਗਿਆ ਅਤੇ ਬਾਬਾ ਮੇਰੀ ਗੈਰਤ ਦਾ ਸਵਾਲ ਹੈ ਮੈਂ ਅੰਮਾ ਦੇ ਖੁੱਲ੍ਹੇ ਵਾਲ ਬੈਠੇ ਜਿਹੜਾ ਹਾਏ ਕਰਕੇ ਰੁਣੇ ਕਹੀਂ ਲਹਾਈ ਤਾਂ ਨਹੀਂ ਮਸਤੂਰ ਮੱਸੇ ਵਾਸਤੇ ਖੁਦ ਚਾਦਰ ਹਟਾਈ ਮਾਂ ਖੁਦ ਹਟਾਈ ਅਤੇ ਅੱਲਾ ਜਾਣੇ ਕਿਵੇਂ ਗੁਜ਼ਰੀ ਇਸ ਜਿਹੜੇ ਕੂਫਾ ਅਤੇ ਸ਼ਾਮ ਦਾ ਬਾਜ਼ਾਰ ਲੱਖਾਂ ਦਾ ਹਜੂਮ ਮਾਂ ਬੇਮਕਨਾ ਬੇਰਿਦਾ ਕਦੀ ਕਹਿ ਬਾਜ਼ਾਰ ਕਦੀ ਕਹਿ ਬਾਜ਼ਾਰ ਬਿਮਾਰ ਹੁੰਦਾ ਤਾਂ ਮਦੀਨੇ ਤੋਂ ਹੁਸੈਨ ਲੈ ਕੇ ਨਾ ਟੁੱਟਦੇ ਮਰਜ਼ 9ਵੀਂ ਦੀ ਰਾਤ ਲੱਗੀ ਕੋਈ ਦੁਨਿਆਵੀ ਮਰਜ਼ ਨਹੀਂ ਇਮਾਮ ਸੱਜਾਦ ਦੀ ਮਰਜ਼ ਦਾ ਨਾਮ ਆਈ ਗੈਰਤ ਚੰਨ ਮੁਹਰਮ ਦਾ ਚੜ੍ਹਿਆ ਬਾਈ ਸੱਜਾਦ ਸਾਰੇ ਬੰਦੇ ਬੁੱਢਾ ਸਾਹਿਬ ਗਿਰੀਏ 'ਚ ਮਸ਼ਰੂਫ ਹਨ ਹਰ ਬੰਦਾ ਇਬਾਦਤ ਕਰ ਰਿਹਾ ਬੰਦੇ ਆਪਣੇ ਘਰ ਜਨਾਜ਼ਾ ਪਿਆ ਹੋਵੇ ਤਾਂ ਨਹੀਂ ਰੋ ਸਕਦੇ ਮਿਜ਼ਾਜ ਉਹਨਾਂ ਜਿਹੜੇ ਰੋਂਦੇ ਮਸਾਇਬ ਸੁਣ ਕੇ ਦੁੱਖ ਸੁਣ ਕੇ ਉਹ ਪਾਣੀ ਰੋਂਦੇ ਜੇ ਕੋਈ ਦੁੱਖ ਹੋਵੇ ਨਾ ਤਕਲੀਫ ਹੋਵੇ ਦਰਦ ਹੋਵੇ ਉਹ ਪਾਣੀ ਰੋਂਦਾ ਅਤੇ ਗੱਲ ਗੈਰਤ ਹੀ ਹੋਵੇ ਉੱਥੇ ਵੱਧ ਖੂਨ ਰੋਇਆ ਵੈਂਦਾ ਮੈਂ ਚਕਵਾਲ ਮਜਲਿਸ ਪੜ੍ਹੀ ਮੈਂ ਕਿਹਾ ਜਿਹੜਾ ਬੰਦਾ ਜ਼ਾਕਿਰ ਦੇ ਦੁੱਖ ਸੁਣ ਕੇ ਰੋਵੇ ਨਾ ਉਹ ਕੋਈ ਸਾਹਮਣੇ ਪੜ੍ਹਨ ਵਾਲਾ ਜ਼ਾਕਿਰ ਨਹੀਂ ਦਿਸਦਾ ਉਹ ਜ਼ਾਕਿਰ ਦੇ ਲਫ਼ਜ਼ਾਂ ਨਾਲ ਸਫ਼ਰ ਕਰਿੰਦਾ ਜ਼ਵਾਰ ਲਿਆਕਤ ਸਮੰਦ ਵਾਣੇ ਅੱਲਾ ਬਾਵਾ ਜੀ ਉਹਦੀ ਗੱਲ ਕਰਨੀ ਮਜਲਿਸ ਹੀ ਮੁੱਕ ਗਈ ਮੇਰਾ ਦਾਮਨ ਪਕੜ ਕੇ ਦਾ ਰਿਜ਼ਵਾਨ ਗੈਰਤੁੱਲਾ ਹਈ ਮਾਂ ਮੱਸੇ ਵਾਸਤੇ ਚਾਦਰ ਹਟਾਈ ਨਹੀਂ ਵੇਖ ਸਕਦਾ ਅੱਜ ਸਮਝ ਆਈ ਜਿਹੜਾ ਲਫ਼ਜ਼ ਆਖਿਆ ਮੋਮਿਨ ਦੀ ਅੱਖਾਂ 'ਚ ਪਾਣੀ ਹੋਵੇ ਉਹ ਕੋਈ ਜ਼ਾਕਿਰ ਨਹੀਂ ਦਿਸਦਾ ਅਤੇ ਜਿਹਦੀਆਂ ਅੱਖੀਆਂ 'ਚ ਖੂਨ ਆਈ ਉਹਨੂੰ ਕਾਤਿਲ ਦਿਸਦਾ ਔਰ ਖੂਨ 35 ਜਾਂ 40 ਸਾਲ 95 ਹਿਜਰੀ 5 ਮੁਹਰਮ ਇਮਾਮ ਦੀ ਸ਼ਹਾਦਤ ਹੈ ਅਗਰ ਕਰਬਲਾ ਦੇ ਵਾਕੇ ਨੂੰ 95 ਹਿਜਰੀ ਤੱਕ ਗਿਣੋ 34-35 ਸਾਲ ਬਣਦੇ
تے مسلسل خون رو کے تے جلے زہر ملی اس نا اس چلے کربلا والے پاسے بائیں ودھا کے بیٹھا دے بابا جتنا تیری مظلومیت رون دا حق بنتا ہے میں سجاد ادا نہیں کر سکیا. ہر بندے اپنی عاقبت واسطے رونا اس گھر تے کسے سان جنازے پہلے دس چھوڑے دو اور یقیناً جنازے اتھے اٹھ دیں جتھے وارث موجود ہو. کوئی بانی ہوئے ماتمی عزاداروں اس مجلس دا اصل بانی وقت دی حجت امام زمانے جن دی اصل رعیت ہے وارثاں نوں مکان دیون واسطے اے تابوت آنن لائی مجلس ہوئے تو کسے مسلک یا کسے فرقے دے واسطے ساری دل ازاری واسطے اے ساری مجلس نہیں. اپنے وقت امام نوں امام دی شہادت والے دن آج دا دین دہویں دا دین تو گھٹ نہیں آج دا دین کسے ذاکر دا محتاج ظاہراً قید تا امام دی بھائی جان پونے دو سال ہے میں پونے دو سال بعد وطن تے والا امن نبھا کے شام دے لیکن قید نہیں مکی. دور اتنا ظالم ہے عزاداری دی اجازت نہیں چار بندے کٹھے بہ کے کربلا لیں دے دکھ تے گریہ نہ کر سکتے اتنا ظالم دور ہے جی بھلا ہوئے. میں سادات دی موجودگی چا کہ بے شام دے امن انہاں لفظ دہرائے جھا ہو جلدی ہے جتھے اگ بل دی جنازے تے روندا ہوئے جندا نقصان ذاتی ہو قیدا نبھا کے عزادار و ماتمی حسین دی مظلومیت دا پرچار کر کے حسین نو مظلوم ثابت کر کے میرا امام وطن تے ولی پھر بھی قید ختم نہیں ہوئی ظلم ختم نہیں ہوئی. بڑا ایک کربلا دے اتنے بڑے واقعے تو بعد جڑا اگوں سلسلہ امام زین العابدین نے 35 سال دور امامت گزارے ہے امام دا مشکل ترین دور ہے. کتنے غلام آزاد کیتے کتنی کنیزاں آزاد کیتے اور جدے زہر دیوائی سے انہوں ڈر پائے گیا بھئی اتنے غلام خرید کر رہے ہیں شاید کہ سارے خلاف انتقام لون واسطے امام فوج پر کٹھی کر دے. لیکن صحیفہ سجادیہ پڑھو امام دیا جڑیاں دعاون مناجات اس ذات نال مخاطب ہو کے امام اپنے کربلا شام دے دکھاں دا اظہار کیتا ہے اور انہوں دعاواں اچھی اپنی جد دی مظلومیت میرے امام نے پرچار کیتا ہے. ایسے مومن ہن ایسے عزادار ہن جڑے ذاکر دے محتاج نہیں نام دے محتاج نہیں جگہ دے محتاج نہیں. او دور ایسا ہی چاچا میرا بابا مرحوم پڑھدا ہی بابا جی وضو واسطے جو پانی سامنے آویا نا اکھا واس پانی وضو دا پانی ویکھ کے امام دیاں اکھا واس پاوے نا اے سرخ سیاہی ود بنے آ کسے بچے کو ماں دی جھولی چ کھیڈدا ویکھے نا رت ود بنیا کسے جوان دی مسلح دی اکھیاں دی رت ود بنیا کوئی دعوت نامہ خوشی دا دے ویا گل شہریاں دی آویا حسن دے یتیم تے گریاں کرے نا کسے پردہ دار دے سر تے چادر ویکھیا آلیاں دے بھلکے نہ ہوئے بلا اے پرچار کیتا ہے تلے جاوے سجا اولاد اولاد امام دی یہ پرچار کیتا ہے آقا زین العابدین نے بڑا مشکل ترین دور آئی اس امام دا. ہاں پڑھے ہوئے الفاظ بزرگاں دن اسا ادھو رہنے ہیں تو اپنی عبادت کرنی ہوں دیئے دین ایسا ہی مرض لگی شام غریباں جو کہ امامت دی پہلی شام شام غریباں امامت دا پہلا سفر شام دا یہ مرض اس سے لے لگی ہے دہویں دی رات جلے امام حسین اپنے صحابیوں نوں آکھیا نا بھائی تر ونجو بیعت کلی حسین دے سر تے آئی میں تہاڈے تے راضی ہاں تسا مشکل ترین وقت اچ میرا ساتھ نہیں چھوڑیا تے عباس چراغ بجھا لوگ شرم کر کے بیٹھے چلو ٹردیاں کو میں نہ ویکھاں او میرے تو نہ شرم کرن. اے مستند روایت ہے او 900,000 رہندا رہے حسین چراغ بجھا کے ٹریندا رہے لیکن جلے ایک بہ دی ضمانت اچ بولن تے امام حسین جنت اچ ہر کسے نو اپنا اپنا مقام وکھائے اتھے پھر مثلا جڑے ہاشمی ہیں
ਅੱਬਾਸ ਦੀ ਜ਼ਮਾਨਤ ਅਲੀ ਅਕਬਰ ਖੜਾ ਦਿੰਦਾ, ਅਲੀ ਅਕਬਰ ਦੀ ਜ਼ਮਾਨਤ ਅਮੀਰ ਕਾਸਿਮ ਖੜਾ ਦਿੰਦਾ, ਜੌਨ ਦੀ ਹਬੀਬ ਖੜਾ ਦਿੰਦਾ, ਹਬੀਬ ਦੀ ਸ਼ਹੀਦ ਖੜਾ ਦਿੰਦਾ। ਇਹ ਜਿਹੜੇ ਬੋਲਣ ਨਾ ਤੇ ਇਹਨਾਂ ਦੇ ਬੋਲਣ ਦੀ ਆਵਾਜ਼ ਗਈ ਹੈ ਖੇਮੇ, ਏਡਾ ਖਜੂਰ ਆਈ। ਅਦੇ ਬਾਬਾ ਸਾਬੀਆਂ ਨਾ ਕੁੱਚਾ ਨਾ ਬੋਲਣ, ਜੇ ਇੰਨਾ ਉੱਚਾ ਬੋਲਣਾ ਤਾਂ ਫਿਰ ਆਪਣੇ ਖੇਮੇ ਦੂਰ ਕਰ ਲਵੇ। ਮੇਰੀ ਗੈਰਤ ਬਰਦਾਸ਼ਤ ਨਹੀਂ ਕਰਦੀ ਜੋ ਤੇਰੇ ਸਾਬੀਆਂ ਦੀ ਆਵਾਜ਼ ਮੇਰੀਆਂ ਫੁੱਫੀਆਂ ਦੇ ਕੰਨਾਂ ਤੇਰੀ ਹਾਏ ਨਿਕਲੀ ਹੈ, ਜਿਹੜਾ ਸਮਝੇ ਬਲਾ ਹਾਏ ਕਰਕੇ ਰੋਣਾ ਲੈ ਦਾਹੀ ਚੁੱਕ ਕੇ ਸਜਾਦ ਦੀ ਫਰਮੈਂਦੇ ਨਾ, ਅੱਜ ਦੀ ਰਾਤ ਬਰਦਾਸ਼ਤ ਕਰ, ਅੱਜ ਮੇਰੇ ਕੋਲ ਸਾਬੀਆਂ ਤੇਰੇ ਕੋਲ ਖੇਮੇ, ਕੱਲ ਨਾ ਤੇਰੇ ਖੇਮੇ ਉਸੇ ਨਾ ਮੇਰੇ ਸਾਬੀ ਉਸੇ, ਤੂੰ ਜਾਣੇ ਤੇਰੀਆਂ ਫੁੱਫੀਆਂ ਜਾਣੇ ਨਾ ਕੂਫਾ ਤੇ ਸ਼ਾਮ ਦਾ ਬਾਜ਼ਾਰ। ਗੱਲ ਸੁਣ ਕੇ ਅੱਬਾਸ ਮੌਲਾ ਦੀਆਂ ਅੱਖਾਂ ਸੁਰਖ ਹੋਈਆਂ, ਸੱਜਾਦ ਮੌਲਾ ਜੋ ਸੁੱਤੇ ਨੇ, ਜਨਾਬ ਆਸਮਾਨ ਆਖਿਆ ਨੇ ਮੈਨੂੰ ਬਿਸਤਰ ਵਿਛਾ ਦੇ, ਬਸ ਉਸ ਵੇਲੇ ਉੱਠੇ ਨੇ ਜਿਹੜੇ ਆਕਾ ਇਮਾਮ ਹੁਸੈਨ ਅਲੈਹਿ ਸਲਾਮ ਪੁੱਤਰ ਨੂੰ ਦਸਤਾਰੇ ਇਮਾਮਤ ਦੇਵਣ ਆਏ। ਪੁੱਛੇ ਅਸਬਾਬਾਂ ਅੱਗੇ ਤਾਂ ਦੇ ਆਵੇ ਅਕਬਰ ਅੱਬਾਸ ਕਾਸਿਮ ਤੁਹਾਡੇ ਸੱਜੇ ਖੱਬੇ, ਇਮਾਮ ਹੁਸੈਨ ਸਮਝ ਚੁੱਕਾ ਜੋ ਬਿਰਾਵਾਂ ਅਤੇ ਪੁੱਤਰਾਂ ਦੀ ਮੌਤ ਦਾ ਦਰਦ ਕਿਤਨਾ ਹੁੰਦਾ। ਮੇਰਾ ਬਜ਼ੁਰਗ ਆਦਾ ਸੱਜਾਦ ਤੈਨੂੰ ਦਸਤਾਰ ਇਮਾਮਤ ਦੀ ਦੇਵਣ ਆਇਆ, ਰੋ ਨਾ ਰੋਆ, ਇੱਕ ਤੂੰ ਬਚ ਗਈ ਹੈ ਇੱਕ ਮੈਂ ਬਚ ਗਈ, ਮੈਂ ਤਨੇਲ ਵੀ ਇਮਾਮਤ ਦੇਵਣ ਆਇਆ, ਮੈਂ ਜਾ ਰਿਹਾ। ਵਕਤ ਇਮਾਮ ਸੁੱਤੇ ਨੇ ਬਾਬਾ ਜੀ, ਫਿਰ ਉਸ ਵੇਲੇ ਉੱਠੇ ਜਿਹੜੇ ਖੇਮੇ ਜਲ ਗਏ ਹਨ, ਕਮੀਨੇ ਆ ਕੇ ਇਮਾਮ ਦਾ ਚਮੜੇ ਦਾ ਬਿਸਤਰ ਲੁੱਟਾ ਅਤੇ ਰੁਖਸਾਰ ਖਾ ਕੇ ਕਰਬਲਾ ਤੇ ਆਏ। ਆਜ਼ਾਦਾਰ ਮਤਮੀਆਂ ਜਾਂ ਭੇਣ ਦਾ ਹੱਥ ਆਏ ਅਬਾਏ, ਅਦੀਏ ਗੈਰਤ ਦਾ ਸੁਲਤਾਨ ਅਕਬਾਲ ਅਕਬਰ ਦਾ ਕਾਤਿਲ ਮੇਰਾ ਦਾਦ ਲੁੱਟ ਗਿਆ। ਗਰੀਬਾਂ ਦਾ ਵੇਲਾ ਆ ਜਿਵੇਂ ਪਹਿਲਾ ਰੁਖਸਾਲ ਦੇ ਆਂਸੂ ਖੂਨ ਵਾਲਾ ਜਾ, ਜਿਵੇਂ ਜਿਵੇਂ ਮੰਜ਼ਲਾਂ ਦੁੱਖਾਂ ਦੀਆਂ ਮਸਾਫਤਾਂ ਵਧਦੀਆਂ ਗਈਆਂ, ਅੱਖੀਆਂ ਦਾ ਖੂਨ ਹੀ ਵਧਦਾ ਗਿਆ। ਵਤ ਹਰ ਆਉਣ ਵਾਲਾ ਦੁੱਖ ਪਹਿਲੇ ਨਾਲੋਂ ਮੁਸ਼ਕਿਲ ਆਈ, ਔਖਾ ਆਈ। ਇਹ ਪੰਜਵੇਂ ਇਮਾਮ ਤੋਂ ਰਿਵਾਇਤ ਹੈ, ਜ਼ਾਕਰੀਨ ਉਲਮਾ ਤੇਰੇ ਸਾਹਮਣੇ ਬਿਆਨ ਕਰਦੇ। ਸ਼ਾਮ ਬਹੁ ਔਖੀ ਆਈ, ਇਹ 35 ਸਾਲ ਅਗਰ ਕੈ ਮੁਰੇ ਖਾ ਕੇ ਗੱਲ ਪੁੱਛੀਏ ਨਾ ਕਰਬਲਾ ਸ਼ਾਮ ਦੇ ਦੁੱਖਾਂ ਦੀ, ਜ਼ਿਆਦਾ ਤਸਕਰਾ ਇਮਾਮ ਨੇ ਸ਼ਾਮ ਦਾ ਕੀਤਾ। ਲੋਕ ਪੁੱਛੇ ਨਾ ਰਥ ਕਿੱਥੇ ਉਹਨੇ ਆਖਿਆ ਸ਼ਾਮੇ ਗਰੀਬ, ਡੇਰ ਕਿੱਥੇ ਉਹਨੇ ਆਖਿਆ ਸ਼ਾਮ। ਮੌਲਾ ਕੋਈ ਐਸਾ ਦੁੱਖ ਦੱਸੋ ਜਿਹੜਾ ਤੁਹਾਨੂੰ ਨਾ ਭੁੱਲਦਾ ਹੋਵੇ। ਇਮਾਮ ਫਰਮਾਵੇ ਨਾ ਸ਼ਾਮ ਦੇ ਬਾਜ਼ਾਰ ਦੇ ਤਰਾਏ ਦੁੱਖ ਹਨ, ਜਿਹੜੇ ਦੁੱਖਾਂ ਤੋਂ ਬਾਅਦ ਮੈਂ ਸਜਾ ਦੇ ਹਸਰਤ ਕੀਤੀ ਕਿ ਮੇਰੇ ਕੋ ਮਾਂ ਨਾ ਜਾਇਆ ਹੁੰਦਾ। ਪਹਿਲਾ ਦੁੱਖ ਬਾਬੂ ਸਾਧ ਤਰਾਏ ਦੇ ਦਾ ਖੜੋਣਾ, ਸ਼ਾਮ ਦੇ ਉਬਾਸ਼ ਬਦਮਾਸ਼ ਉਂਗਲੀਆਂ ਦੇ ਇਸ਼ਾਰੇ ਕਰਕੇ ਪੁੱਛਦੀਆਂ ਇਹਨਾਂ 'ਚ ਜ਼ੈਨਬ ਕਿਹੜੀ, ਇਹਨਾਂ 'ਚ ਰੁਖਈਆ ਕਿਹੜੀ। ਦੁਆ ਬਾਜ਼ਾਰ ਹਮੀਦੀਆ ਜਿੱਥੇ ਮੇਰੀ ਛੋਟੀ ਭੈਣ, ਮੈਂ ਇਮਾਮ ਨੂੰ ਵਸੀਲਾ ਬਣਾ ਕੇ ਆਖਿਆ ਅੱਲਾ ਦੀ ਹੁਜਤ ਹੈ ਦੁਆ ਮੰਗ ਬਾਜ਼ਾਰ ਹੈ, ਤੇਰੀ ਭੈਣ ਮਾਸੂਮਾ ਮਰ ਜਾਵੇ। ਮੈਂ ਕਿਹਾ ਸਕੀਨਾ ਮੌਤ ਮੰਗਣਾ ਸ਼ਰਨ ਹਰਾਮ ਹੈ, ਮੌਤ ਦੀ ਦੁਆ ਆਖਿਆ ਸਵੀਰ ਜੇ ਮੌਤ ਮੰਗਣਾ ਹਰਾਮ ਹੈ ਫਿਰ ਸ਼ਿਮਰ ਨੂੰ ਆ ਕਣ ਤੇ ਮਾਰੇ ਕੁਰਾਨ ਦੇ ਵਰਗ ਫਟ ਗਏ, ਮੇਰੇ ਰੁਖਸਾਰ ਜ਼ਖਮੀ ਹੋ ਗਏ, ਹੁਣ ਤਾਂ ਮੇਰਾ ਪਸੀਨਾ ਰੁਖਸਾਰ ਦੁਬੈ। ਤ੍ਰਿਆ ਇਮਾਮ ਫਰਮਾਇਆ ਸ਼ਾਮ ਦਾ ਦਰਬਾਰ ਜਿੱਥੇ ਲੋ ਘੰਟਿਆਂ ਦਾ ਨਿਰਵਾਰ ਆਈ। ਇੱਕ ਜ਼ਾਕਿਰ ਪੜ੍ਹਨਾ ਹੁੰਦਾ ਬਈ ਸਜਾਦ ਬੰਦੇ ਥੱਕ ਕੇ ਸਾਈ ਕੱਢ ਕੇ, ਦੂਜਾ ਸੁਣਨਾ ਹੋਵੇ ਤਾਂ ਵਰਨਾ ਬਾਹਰ ਖਲੋਤੇ ਰਹਿਣਾ। ਮੁਹੰਮਦ ਅਲੀ ਸ਼ਾਹ ਜੀ, ਬਾਬਾ ਜ਼ੈਦ ਸੁਲਤਾਨ, ਜਿਤਨੇ ਸੈਦ ਬੈਠੇ ਹੋ ਮੈਂ ਗੈਰ ਸੈਦਾਂ। ਇਮਾਮ ਫਰਮਾਇਆ 9 ਘੰਟੇ ਮੈਂ ਮਾਵਾਂ ਫੁੱਫੀਆਂ ਭੈਣਾਂ ਨਾਲ ਖਲੋਤਾ ਰਿਹਾ, ਕਮੀਨਾ ਥੱਕ ਕੇ ਪੈਵੇਂ ਸ਼ਰਾਬ ਪੀਂਦਾ ਹੀ ਪੈਵੇਂ ਸ਼ਤਰਾਂ। ਇਮਾਮ ਫਰਮਾਇਆ ਉੱਥੇ ਮੇਰੀ ਛੋਟੀ ਭੈਣ ਆਦੀ ਹੈ ਵੀਰ ਮੇਰੇ ਪੈਰਾਂ ਤੇ ਵਰਾ ਬਲਾ ਸੈਦਾਂ ਕਰੇ ਤੇਰਾ ਜੀ। ਇਮਾਮ ਹੁਸੈਨ ਤਦੇ ਗਿਰੀਆ ਪੁਰਸ਼ਾ ਇਬਾਦਤ ਸ਼ੁਮਾਰ ਹੋਵੇ, ਵਾਰਿਸ ਰਾਜ਼ੀ ਹੋਵੇ, ਪਰਦੇ ਚਾਹੇ ਵਾਰਿਸ ਰਾਜ਼ੀ ਹੋਵੇ। ਅਜ਼ਾਦਾਰੋ ਮਤਮੀਓ ਮੁਸਲਸਲ 35 ਸਾਲ ਪਾਣੀ ਨਹੀਂ, ਰਾਤ ਰੁਨੇ ਰੁਨਾ ਕਰਬਲਾ ਤੇ ਸ਼ਾਮ ਦੇ ਦੁੱਖਾਂ ਨੂੰ, ਹੁਣ ਤਾਂ ਲੋਕ ਹੀ ਅਹਿਸਾਸ ਕਰਨ ਲੱਗ ਗਏ। ਇਮਾਮ ਦੇ ਸਾਹਮਣੇ ਕੋਈ ਜਵਾਨ ਮਜ਼ਾਕ ਨਨ ਕਰਦੇ, ਹਿਸਾਬ ਜਾਨਵਰ ਜ਼ੀਬਾ ਨਨ ਕਰਦੇ, ਲੁਕ ਲੁਕ ਰੋਂਦਾ ਹੈ।
اگر کوئی دعوت نامہ آ دے ویا نا خوشی دا تاں بھی رات ود ونے. امام فرماوے نا اگر مینوں بلاونے اپنی خوشی شامل کرنا چاہنے تو پھر گھر چ مجلس کرا, مجلس کراویں وچ کنات لواویں, وقت میں کلا نہ آسن, میری شام دی ساری سنگت تیرے خاطر. عزاداری نو بڑا فروغ دیتا نے, کہیں چروائے جو مرثیہ چ پڑے ہے نا جادہ تو امام اشرفیاں نال نوازیا, انہوں کرسی تے مسند پیش کی آپ مٹی تے باہر کروں میں. عزاداروں ماتمیوں آج بھی جتھے ذکر امام حسین علیہ السلام ہوئے روایات اچ مل دے, امام دروازے چا کھلون دے, بولے نہ بولے رات رومن والا رومن والے دا شکریہ ادا ضرور کرتا ہے. اور رومن تیرا قیمتی ہے. آخری ایک روایت دے بعد میں کر کے جنازہ سڈا, جتنے دکھن دین العابدین امام دے جو بازار جتنے نے امام دی مقتل ہے, تو ساں وی محرم تو بعد ڈھیر جائیں تے امام دے جنازے دیا مجالس سنی ہو سن, دکھ سنے ہو سن, اج جی کسی نہ کسی مقام تے تو سا مکان دے کے آئے ہو سن. ہر شہید دی مقتل ہکے, اے دی مقتل بازار دا ہر موڑ بنے. تو سا سن کے رو پوندے تو موقع تا گوائیں, اس تے سارے دکھ اکھی نال ویکھن. ہاں ایک لفظ آ دن بہن دی ضعیفی دا سبب بازار نن بھیڑ دے سوال پجڑی نل قید ہے. انکل جی سفید ریشو بزرگوں ایک مثال دیتی ویندی ہے, رات روندا ان روندا جی میں بارش تو بعد پانی دے پرنالے چو پانی جاری ہے تے بندے سجاد بھائی اعتراض کر دیں, یار ذاکر گل زیادہ کیتی ہے تنقید نہ کیتی کا. یہ چوتھے امام دا میں فرمان پڑھے ہیں, ادے عزادار تسا رل کے اتنا رووو اتنا رووو کہ تہاڈے آنسو ندی دی طرح لڑھن لگ ونجن, تہاڈے لڑدے ہوئے آنسو میری بہن سکینہ دے ہک تماچے دا بن جڑے میں سجاد اکھاں نال بہن دی اللہ ہوئے سیدہ کرے اللہ تہاڈے بہن قبول کرے, میری بہن معصومہ دی ہک چھڑا قبول نہیں. تسا جتنا بھائی جان ایک قیمتی اتنے لوائے جو لازان علی لکھیا ہے, انہاں دے غم میں جاری یومن علی آنسو قیمتی اتنے, انہاں نو وصول کرن سیدہ خود دانن رمال اچ وصول کر کے بی بی جنت اچ وصول کر دی, ملائک بی بی کو دین دین, ماں شبیر دے زخمت ملین دی, زخم سارے ہک دفع میٹ وین دین دو وقت ظاہر ہون دین, ماں پتر تو پوچھ دی حسین مرہم ٹھیک سارا ہے تیرے زخم بچ کے نہ دے, اماں ایک اکبر دی بچی رہے دو حسین دی چھا, پتہ ہے امام حسین مانو آدھا کہ اماں یہ او زخم ہیں جنہاں نو 40 سال میرا سجاد پانی نہیں خون رو. بھائی جان یمن دا تاجرے تجارت دے سلسلے مدینے آئے, مسجد نمی نماز پڑھن واسطے جو گزرے ہیں نا تو سید سجاد پانی نہیں رت بیٹھا رہندا, امام دے کوئی جو دکھ یاد آئے نا تے رات ودھیے, بزرگ ذاکر پڑھ دیں رات اتنی ودھیے جو تاجر دے کپڑیاں تے اکھیاں دا خون آئے. جا مسجد دے چلے آئی ادا کیو جائیں مدینے دے مسلمان جڑے چھتاں تے جانور ذبح کر دیں, ادا میں تے نماز پڑھن جا رہے ہوں پتہ اے کیا ہے میرے نماز ہو سی یا نہ ہو سی, تے باقر العلوم دن گناہگار نہ ہو جانور دا خون نہیں, میرا امام بابا ہے جڑا کربلا تے شام دے دکھاں نو پانی نہیں خون روندا ہے, تیرے کپڑے نماز دے قابل ہی اج ہوئے. بھائی سجاد میں جتھے بیٹھ کے تے میرے سر دیاں مجلساں ہو گئیاں, اچا بول کیا دے جے پیو بیمار ہے تے علاج کراویا علاج نلا مائے بہنا دی ویر, ہن تے لوگ دروازے تے گلے دے وڑ لگے آکھے دس زیور لا بھلا ہوئے کرلا کے رومن والے, تسا میرے بزرگوں کو سنو سی زندگی تارے چ گزار گئے, وہ پڑھتے ہیں کوفے چوں لقمان دے استاد دے علاج واسطے
ਬਾ ਮੁਹੰਮਦ ਅਲੀ ਸ਼ਾਹ ਜੀ ਔਖੀ ਦੁਆ ਮੰਗਾ, ਅੱਲਾ ਬੇਟੇ ਕੋ ਸਿਹਤ ਦੇਵੇ, ਅੱਲਾ ਬਾਬਾ ਜੀ ਤੁਹਾਡੇ ਬਾਬੇ ਕੋ ਸਿਹਤ ਦੇਵੇ। ਇਲਾਜ ਵਾਸਤੇ ਹਕੀਮ ਬੁਲਾਇਆ ਗਿਆ, ਉਤਨੇ ਤੱਕ ਹਕੀਮ ਕੋਈ ਡਾਕਟਰ ਸਿਆਣਾ ਹੋਵੇ ਤਾਂ ਇਲਾਜ ਨਹੀਂ ਕਰਦਾ ਜਬ ਤੱਕ ਉਹਨੂੰ ਤਸ਼ਖੀਸ ਨਾ ਹੋਵੇ, ਮਰਜ਼ ਦਾ ਇਲਮ ਨਾ ਹੋਵੇ, ਇਲਾਜ ਹੀ ਸ਼ੁਰੂ ਨਹੀਂ ਕਰਦਾ। ਪਹਿਲੇ ਕੋ ਗੋਲ ਕਰਨੀ ਪਾਉਂਦੀ ਹੈ ਬਈ ਕੋ ਮਰਜ਼ ਕਿਹੜੀ ਹੈ। ਹਕੀਮ ਜੋ ਸਾਹਮਣੇ ਆ ਬੈਠੇ ਨਾ ਤਾਂ ਇਮਾਮ ਦੀ ਰੱਤ ਵੱਧ ਗਈ, ਅਦੇ ਮੈਲਾ ਰੋਵੋ ਨਹੀਂ, ਤੁਹਾਡੇ ਬੇਟੇ ਬੁਲਾਏ, ਮੈਂ ਤੁਹਾਡੇ ਇਲਾਜ ਵਾਸਤੇ ਹਾਜ਼ਰ ਹੋਇਆ। ਫਿਰ ਮੈਨੂੰ ਕਰ ਲੈ ਸੀ ਇਲਾਜ, ਕਦਮਾਂ 'ਤੇ ਹੱਥ ਲਾ ਕੇ ਆਦਾ ਜੇ ਇਲਮ ਹੋਵੇ ਨਾ ਤੁਹਾਨੂੰ ਮਰਜ਼ ਕਿਹੜੀ ਹੈ, ਤਾਂ ਕੋਈ ਐਸੀ ਮਰਜ਼ ਨਹੀਂ ਦਿੰਦਾ, ਇਲਮ ਹੋਵੇ ਤਾਂ ਇਲਾਜ ਇਹਨਾਂ ਨੇ ਬਣਾਇਆ ਹੋਵੇ। ਆਦਿਨ ਕਰ ਇਲਾਜ ਮੇਰੀ ਮਰਦ ਨਾਮ ਗੈਰਤ, ਇਸ ਇਲਾਕੇ ਵਾਲੇ ਅੰਦਰ ਵੈਣ ਬੁਲਾਉਂਦਾ ਇਹਨਾਂ ਦੇ ਮਾਲਾ, ਹਰ ਮਰਦ ਦਾ ਇਲਾਜ ਦਵਾ ਨਹੀਂ ਹੁੰਦਾ, ਮਾਲਾ ਤੂੰ ਗੈਰਤ ਦਾ ਮਰੀਜ਼ ਹੈ, ਮੈਂ ਤੇਰੇ ਕੋਲ ਰਸਾ, ਫਜਰ ਦੀ ਨਮਾਜ਼ ਤੇਰੇ ਥੱਲੇ ਪੜਸਾ, ਅਦੇ ਮਾਲਾ ਨਮਾਜ਼ ਪੜਨ ਦੇ ਬਾਅਦ ਤੇਰਾ ਹੱਥ ਪਕੜੇ ਸਾ, ਤੇਰਾ ਦਰਿਆ ਦੀ ਸੈਰ ਕਰੇ ਸਾ, ਜਿਹੜੇ ਹਾਏ ਬੁਲੰਦ ਲੋਈਏ ਹੱਥ ਆਜ਼ਾਦ ਕਰੇ, ਸਰਦ ਲਾਇਆ ਵੇ ਦਰਿਆ ਦਲਾ ਮਾਇਆ, ਗੈਰਤ ਸਮੁੰਦਰ ਦਬਾ ਟੁੱਟ ਗਿਆ, ਆਦੇ ਦਰਿਆ ਤੇ ਕਿਉਂ ਲੈ ਵੇ ਲੈ, ਦੋ ਦਰਿਆ ਪੈਵਾਂਦੇ ਆਏ, ਨੌ ਲੱਖ ਮਾਰਨ ਵਾਲਾ ਛੇ ਮਹੀਨਿਆਂ ਦਾ ਪੁੱਤਰਾ, ਜਿਹੜਾ ਤ੍ਰੈ ਦਿਹਾੜਿਆਂ ਦਾ ਦੱਸਿਆ, ਮੰਗਦਾ ਇੱਕ ਘੁੱਟ ਪਾਣੀ ਦਾ, ਸ਼ਰਮ ਨਾ ਕਰੇ ਕੁਲਾ ਕਰੋ ਇਹਨਾਂ ਦਰੋਣ ਵਾਲੇ ਇਮਾਮ ਦਾ ਗਲਾ ਜਾਵਣ, ਮੈਨੂੰ ਕਰ ਹਰ ਦਾਤਾ, ਮੈਨੂੰ ਕਰ ਹਰ ਮਾਤਮੀ ਦਾ ਚਾਚਾ, ਅੱਲਾ ਧੀਆਂ ਦੇ ਲੈ ਨਸੀਬ ਬਣਾਵੇ, ਆਦੇ ਮੌਲਾ ਦੇ ਦਰਿਆ ਦੀ ਸਹਿਰ ਨਾਲ ਮੈਂ ਤਈ ਨੇ ਪੜੇ ਤੇ ਵਿੱਚ ਨਸੀਬੇ ਸਹਿਰ ਖੁੱਲਦੀ ਹੈ, ਕੋਈ ਜਿਹੜਾ ਬਿਮਾਰ ਹੋਏ ਦਰਿਆ ਦੀਆਂ ਲਹਿਰਾਂ ਚ ਗੁਜ਼ਰੀ ਹਵਾ ਗਿਆ ਜੀ ਅਜ਼ਾਦਾਰ ਭਾਈ।
نہیں سکا آتی ہے سیادہ مجلس سے بیٹھے ہو سینا بابا لائے سلطان ہر بندہ اپنے علاقے تو آگے فوتا ہے بندے دھیان اللہ کے مجلس سے جامع درو دل علی اس کا دی شمیر وے کھل درو دل چانو حرم دوے کھل درو پھو دل بھائی جان قیدہ کی بھاگ کے ونیا گردل دردو بابا جی میں روایت پڑھی ہے کوفے دے قصاب ہی حیا کرے لے آئے امام دے سامنے جانور دی بلائیں کرے لے ہک جائیے جدے ہک ہتھے جنسی ہے مرے ہتھے چھوئیے چاچا امام دا گزر پیا ہوندا اس آندا دی تھے جانور آزاد کر چھوڑا اس چھری کن پیچھے لگائیے کوئی دکھ جو یاد آیا Ah!
سجاد کوئی سا ہم ویسا